ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ। ਇਹ ਜਿਹੜਾ ਹੰਗਾਮਾ ਹੋ ਰਿਹਾ ਹੈ ਉਹ ਇੱਕ ਮੋਟਰਸਾਈਕਲ ਅਤੇ ਸਕੂਟਰੀ ਦੀ ਟੱਕਰ ਨੂੰ ਲੈ ਕੇ ਹੋ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇੱਕ ਲੜਕੀ ਅਤੇ ਇੱਕ ਲੜਕੇ ਦਾ ਬਾਈਕ ਅਤੇ ਸਕੂਟਰੀ ਦਾ ਐਕਸੀਡੈਂਟ ਹੋ ਗਿਆ, ਜਿਸ ਦੇ ਵਿੱਚ ਕੋਈ ਨੁਕਸਾਨ ਤਾਂ ਨਹੀਂ ਹੋਇਆ ਜ਼ਿਆਦੇ, ਪਰ ਹੰਗਾਮਾ ਬਹੁਤ ਜ਼ਿਆਦਾ ਤਕੜਾ ਹੋ ਗਿਆ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਇੱਕ ਲੜਕੀ ਹੈ ਉਹ ਜਿਹੜੀ ਮੁੰਡੇ ਦੇ ਚਪੇੜਾਂ ਮਾਰ ਰਹੀ ਹੈ, ਲੱਤਾਂ ਮਾਰ ਰਹੀ ਹੈ ਵੀਡੀਓ ਦੇ ਵਿੱਚ। ਤੁਹਾਨੂੰ ਦੱਸ ਦਈਏ ਕਿ ਲੜਕੇ ਦਾ ਕਹਿਣਾ ਹੈ ਕਿ ਇਹ ਜਿਹੜੀ ਲੜਕੀ ਹੈ ਉਹ ਰੋਂਗ ਸਾਈਡ ਤੋਂ ਆ ਰਹੀ ਸੀ, ਜਿਸ ਦੇ ਕਾਰਨ ਇਹ ਜਿਹੜਾ ਐਕਸੀਡੈਂਟ ਹੋਇਆ ਹੈ। ਪਰ ਲੜਕੀ ਕਿਸੇ ਦੀ ਗੱਲ ਸੁਣਨ ਦੇ ਲਈ ਤਿਆਰ ਨਹੀਂ ਹੈ। ਕੋਲੇ ਖੜ੍ਹੇ ਲੋਕਾਂ ਨੇ ਕਾਫੀ ਜ਼ਿਆਦਾ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਲੜਕੀ ਨੇ ਕਾਫੀ ਜ਼ਿਆਦਾ ਮੁੰਡੇ ਦੀ ਕੁੱਟਮਾਰ ਕੀਤੀ ਹੈ। ਹੁਣ ਕੌਣ ਸਹੀ ਹੈ ਕੌਣ ਗਲਤ ਹੈ ਤਾਂ ਉੱਥੋਂ ਦੇ ਮੌਜੂਦ ਲੋਕਾਂ ਨੂੰ ਪਤਾ ਹੋਵੇਗਾ, ਪਰ ਜਿੱਥੋਂ ਤੱਕ ਪਤਾ ਲੱਗ ਰਿਹਾ ਹੈ ਲੋਕਾਂ ਦੀ ਗੱਲਬਾਤ ਤੋਂ, ਤਾਂ ਲੜਕੀ ਜਿਹੜੀ ਹੈ ਵਾਕਈ ਉਹ ਆਪਣੀ ਸਾਈਡ ਤੋਂ ਰੋਂਗ ਸਾਈਡ ਆ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਮੁੰਡੇ ਦਾ ਇਹ ਕਹਿਣਾ ਹੈ ਕਿ ਮੇਰੀ ਕੋਈ ਵੀ ਗਲਤੀ ਨਹੀਂ ਹੈ ਅਤੇ ਮੈਂ ਆਪਣੀ ਜਗ੍ਹਾ ਸਹੀ ਹਾਂ, ਪਰ ਇਸ ਲੜਕੀ ਦੀ ਗਲਤੀ ਹੈ ਜਿਸਨੇ ਰੋਂਗ ਸਾਈਡ ਆਉਂਦੀ ਨੇ ਹੀ ਮੇਰੇ ਮੋਟਰਸਾਈਕਲ ਦੇ ਵਿੱਚ ਸਕੂਟਰੀ ਮਾਰੀ ਹੈ। ਪਰ ਹੁਣ ਤੁਹਾਨੂੰ ਪਤਾ ਹੀ ਹੈ ਕਿ ਸੁਣਵਾਈ ਜ਼ਿਆਦਾ ਲੜਕੀਆਂ ਦੀ ਹੁੰਦੀ ਹੈ, ਔਰਤਾਂ ਦੀ ਹੁੰਦੀ ਹੈ। ਇਸ ਮਸਲੇ ਦੇ ਵਿੱਚ ਵੀ ਥੋੜ੍ਹਾ ਅਜਿਹਾ ਹੀ ਦੇਖਣ ਨੂੰ ਮਿਲਦਾ ਹੈ, ਪਰ ਲੜਕੇ ਦੀ ਸਪੋਰਟ ਦੇ ਵਿੱਚ ਵੀ ਕਾਫੀ ਜ਼ਿਆਦਾ ਲੋਕ ਹਨ। ਤੁਹਾਡਾ ਕੀ ਕਹਿਣਾ ਇਸ ਵੀਡੀਓ 'ਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਜੇ। ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜ਼ਰੂਰ ਜੁੜ ਜਾਓ ਪੰਜਾਬ ਅਤੇ ਦੇਸ਼ ਦੁਨੀਆ ਦੀ ਹਰ ਇੱਕ ਵੈਲ ਕਵਰ ਨੂੰ ਦੇਖਣ ਦੇ ਲਈ। ਗਲਤੀ ਕਿਹਦੀ ਸੀਗੀ? ਗਲਤੀ ਵੀਰੇ ਉਹ ਦੀਦੀ ਰੋਂਗ ਸਾਈਡ ਆ ਰਹੇ ਆ, ਮੈਂ ਸਿੱਧਾ ਇੰਡੀਕੇਟਰ ਲਾਇਆ। ਹਾਂਜੀ, ਮੈਂ ਫਿਰੇ ਲਾਇਆ ਹੋਵੇ ਨਾ ਲਾਇਆ ਹੋਵੇ, ਰੋਂਗ ਸਾਈਡ ਤੋਂ ਆ ਸਕਦਾ ਕੋਈ? ਰੋਂਗ ਸਾਈਡ ਤੋਂ ਦੀਦੀ ਆ ਰਹੇ ਆ, ਦੱਸੋ ਕੋਈ ਪ੍ਰਧਾਨ ਮੰਤਰੀ ਹੋ ਗਿਆ ਯਾਰ ਰੋਂਗ ਸਾਈਡ ਤੋਂ ਆ ਗਿਆ, ਜਦੋਂ ਪਤਾ ਕਿੰਨਾ ਮਾਰਿਆ ਵੀਰੇ ਹੁਣੇ ਆਏ ਉਹਨੂੰ ਫੜ ਲਿਆ। ਆਏ ਕਿਵੇਂ ਆਏ? ਨਹੀਂ ਵੀਰੇ, ਮੈਂ ਤਾਂ ਆਪਣਾ ਸਿੱਧਾ ਇੱਧਰ ਨੂੰ ਆ ਰਿਹਾ, ਮੈਂ ਗੱਲ ਕਰ ਰਿਹਾ ਨਾ। ਹਾਂ ਫਿਰ ਰੋਂਗ ਸਾਈਡ ਤੋਂ ਮਤਲਬ ਕੀ ਰਿਹਾ?